ਜਿਹੜਾ ਆਪਣੇ ਮੱਥੇ ਤੇ ਪੰਜਾਬੀਆਂ ਦੇ ਮੱਥੇ ਤੇ ਨਸ਼ੇੜੀਆਂ ਦੇ ਟੈਗ ਲੱਗੇ ਆ ਇਹ ਹੁਣ ਟੈਗ ਲਾਉਣ ਦਾ ਟਾਈਮ ਆ ਗਿਆ ਹੁਣ ਘਰਾਂ 'ਚ ਸਟੇਟਸ ਪਾ ਕੇ ਬਹਿ ਕੇ ਫੇਸਬੁੱਕ 'ਤੇ ਸਟੇਟਸ ਪਾ ਕੇ ਕੁਛ ਨਹੀਂ ਹੋਣਾ ਬੱਬੂ ਮਾਨ ਵੀ ਆਪਣੀ ਕਮਾਈ ਕਰਦਾ ਅਤੇ ਮੂਸੇ ਵਾਲਾ ਵੀ ਆਪਣੀ ਕਮਾਈ ਕਰੀ ਜਾਂਦਾ ਔਜਲਾ ਵੀ ਆਪਣੀ ਕਮਾਈ ਕਰੀ ਜਾਂਦਾ ਹੁਣ ਸਾਨੂੰ ਤਾਂ ਜਾ ਖੇਤੀ ਤੋਂ ਆ ਜਾਂ ਸਾਡੇ ਫਾਦਰ ਸਾਹਿਬ ਬਾਹਰ ਆ ਜਾਂ ਉਹਨਾਂ 'ਚੋਂ ਵਿਦਿਓਪੀ ਸਰਕਾਰ ਜਿਹੜੇ ਆਪਣਾ ਆਰਡੀਨੈਂਸ ਜਿਹੜੇ ਜਾਰੀ ਕਰ ਦਿੱਤੇ ਨੇ ਲਾਗੂ ਕਰ ਦਿੱਤੇ ਨੇ ਇਸ ਕਿਸਾਨਾਂ 'ਤੇ ਕਿਹੜਾ ਅਸਰ ਪਾਉਣਗੇ ਸਾਡੇ ਮੈਂ ਚਾਹੁੰਦੇ ਵੀ ਦੇਖੋ ਹਾਲੇ ਤੱਕ ਸਿੰਘਾਂ ਨੇ ਇਸ ਤਰ੍ਹਾਂ ਦੀ ਰਖਵਾਲੀ ਕੀਤੀ ਆ ਹਰੇਕ ਪਾਸੇ ਸਿੰਘ ਬਾਰਡਰ 'ਤੇ ਵੀ ਸਿੰਘ ਹੀ ਲੜ ਰਹੇ ਆ ਆਪਣੀ ਜਿਹੜੇ ਆਪਣਾ ਪੰਜਾਬ ਜਿਹੜੇ ਆਪਣੀ ਇਮਿਊਨਿਟੀ ਆ ਬਹੁਤ ਸਟਰੋਂਗ ਆ ਆਪਣੀਆਂ ਪੀੜ੍ਹੀਆਂ ਪੀੜ੍ਹੀਆਂ ਦਾ ਆਪਾਂ ਨੂੰ ਪਤਾ ਵੀ ਆਪਾਂ ਜੇ ਆਪਣੀ ਆਈ 'ਤੇ ਆ ਜਾਈਏ ਆਪਾਂ ਤਖ਼ਤ ਹੀ ਪਲਟ ਸਕਦੇ ਹਾਂ ਕੋਈ ਨੌਜਵਾਨ ਪੀੜ੍ਹੀ ਇਹੀ ਆਪਾਂ ਨੂੰ ਇੱਕ ਗੁਰੂ ਤੋਂ ਬਿਨਾਂ ਕੋਈ ਥੱਲੇ ਨਹੀਂ ਲਾ ਸਕਦਾ ਜਦੋਂ ਕਿਤੇ ਪਤਾ ਲੱਗ ਗਿਆ ਵੀ ਸਾਡੀ ਮੌਤ ਤੈਅ ਆ ਅਤੇ ਮਰਨਾ ਤਾਂ ਹੈਗਾ ਹੀ ਆ ਫਿਰ ਇੱਕ ਦੋ ਲੈ ਕੇ 100% ਹੀ ਮਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦੀਪ ਦਮਨ ਟੀਵੀ ਚੈਨਲ ਸੋ ਜੋ ਮੋਦੀ ਸਰਕਾਰ ਨੇ ਕਿਸਾਨਾਂ ਦੇ ਸਿਰ ਦੇ ਉੱਪਰ ਹਥੌੜਾ ਮਾਰਿਆ ਗਲੇ 'ਤੇ ਤਲਵਾਰ ਲਟਕਾ ਦਿੱਤੀ ਹੈ ਸੋ ਇਕੱਲੇ ਕਿਸਾਨ ਹੀ ਨਹੀਂ ਆਪਾਂ ਪਿਛਲੇ ਦਿਨਾਂ ਵਿੱਚ ਵੇਖਿਆ ਵੀ ਉਹਨਾਂ ਦੇ ਬੱਚੇ ਉਹਨਾਂ ਦੇ ਨੌਜਵਾਨ ਵੀ ਆਪਣੇ ਸਾਰੇ ਕਾਰਜ ਛੱਡ ਕੇ ਆਪਣੇ ਕੰਮ ਕਾਰ ਛੱਡ ਕੇ ਸੜਕਾਂ 'ਤੇ ਆਣ ਉਤਰੇ ਕੱਲ੍ਹ ਨੂੰ ਪੂਰਾ ਭਾਰਤ ਬੰਦ ਆ ਅਤੇ ਸਾਡੇ ਨਾਲ ਨੌਜਵਾਨ ਜੁੜੇ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਦੱਸਿਓ ਕੱਲ੍ਹ ਨੂੰ ਪੂਰਾ ਪੰਜਾਬ ਨਹੀਂ ਪੂਰਾ ਭਾਰਤ ਹੀ ਬੰਦ ਆ ਅਤੇ ਆਪਾਂ ਪੰਜਾਬ ਨੂੰ ਬੰਦ ਕਰਾਉਣ ਵਾਸਤੇ ਕੱਲ੍ਹ ਨੂੰ ਕੀ ਕਰ ਰਹੇ ਹਾਂ ਆਪਾਂ ਵੀਰ ਜੀ ਕੱਲ੍ਹ ਨੂੰ ਅਸੀਂ ਨੌਜਵਾਨ ਸਭਾ ਸਾਰੀ ਇਕੱਠੀ ਹੋ ਕੇ ਫਲੋਰ ਧਰਨਾ ਦੇਣਾ ਅਸੀਂ ਰੋਸ ਪ੍ਰਦਰਸ਼ਨ ਕਰਨਾ ਮੈਂ ਹੋਰ ਵੀ ਨੌਜਵਾਨ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਹੁਣ ਘਰਾਂ 'ਚੋਂ ਬਾਹਰ ਨਿਕਲਣ ਦਾ ਟਾਈਮ ਆ ਗਿਆ ਜਿਹੜਾ ਆਪਣੇ ਮੱਥੇ 'ਤੇ ਪੰਜਾਬੀਆਂ ਦੇ ਮੱਥੇ 'ਤੇ ਨਸ਼ੇੜੀਆਂ ਦੇ ਟੈਗ ਲੱਗੇ ਆ ਇਹ ਹੁਣ ਟੈਗ ਲਾਉਣ ਦਾ ਟਾਈਮ ਆ ਗਿਆ ਹੁਣ ਘਰਾਂ 'ਚ ਸਟੇਟਸ ਪਾ ਕੇ ਬਹਿ ਕੇ ਫੇਸਬੁੱਕ 'ਤੇ ਸਟੇਟਸ ਪਾ ਕੇ ਕੁਛ ਨਹੀਂ ਹੋਣਾ ਗਰਾਊਂਡ ਲੈਵਲ 'ਤੇ ਆ ਕੇ ਕੁਛ ਕਰਨਾ ਪੈਣਾ ਮੈਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਜਵਾਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੱਲ੍ਹ ਨੂੰ 25 ਤਰੀਕ ਨੂੰ ਪੰਜਾਬ ਬੰਦ ਸਾਰੇ ਰੋਡ 'ਤੇ ਆਓ ਸਫਲ ਕਰੋ ਬੰਦ ਹੋ ਜਾਣ ਵੀਰ ਜੀ ਤੁਸੀਂ ਜਵਾਬ ਦਿਓ ਵੀ ਸਰਕਾਰ ਜਿਹੜੇ ਆਪਣਾ ਆਰਡੀਨੈਂਸ ਜਿਹੜੇ ਜਾਰੀ ਕਰ ਦਿੱਤੇ ਨੇ ਲਾਗੂ ਕਰ ਦਿੱਤੇ ਨੇ ਇਸ ਕਿਸਾਨਾਂ 'ਤੇ ਕਿਹੜਾ ਅਸਰ ਪਾਉਣਗੇ ਸਾਡੇ ਇਹ ਸਿੱਧਾ ਕਿਸਾਨਾਂ 'ਤੇ ਅਸਰ ਉਹਨਾਂ ਦੀ ਅਣਖ 'ਤੇ ਅਸਰ ਜੋ ਕਿ ਉਹ ਆਪਣਾ ਕਮਾਉਂਦੇ ਆ ਆਪਣਾ ਹੀ ਪੰਜਾਬ ਦੇ ਲੋਕ ਖਾਂਦੇ ਆ ਉਹ ਚਾਹੁੰਦੇ ਆ ਕਿ ਇਹ ਸਾਡੇ ਥੱਲੇ ਹੋਣ ਇਹ ਸਾਡੇ ਗੁਲਾਮ ਬਣਨ ਫਿਰ ਇਸ ਤੋਂ ਅੱਗੇ ਹੀ ਆ ਹੁਣ ਕੱਲ੍ਹ ਦਾ ਆਪਣਾ ਜੋ ਹੈਗਾ ਧਰਨਾ ਉਹ ਆਪਾਂ ਰੋਡ ਰੋਕਾਂਗੇ ਰੇਲ ਜੇ ਤਾਂ ਵੀ ਨਾ ਸੁਣਨਗੇ ਫਿਰ ਦਿੱਲੀ ਤੱਕ ਆਪਾਂ ਜਾਵਾਂਗੇ ਦਿੱਲੀ 'ਤੇ ਜਾਣ ਦਿੱਤਾ ਗਿਆ ਬਾਰਡਰ 'ਤੇ ਰੋਕ ਲਿਆ ਗਿਆ ਉਹ ਫਿਰ ਤਾਂ ਆਪਾਂ ਇਕੱਠੇ ਹੋ ਕੇ ਨਹੀਂ ਜਾਂਦੇ ਇਕੱਲੀ ਇਕੱਲੀ ਪਾਰਟੀ ਆਪਾਂ ਹਲੇ ਵੀ ਪਾਰਟੀਬਾਜ਼ੀ 'ਚ ਫਸੇ ਹਾਂ ਜੇ ਸਾਰਾ ਪੰਜਾਬ ਇਕੱਠਾ ਹੋ ਕੇ ਜਾਵੇ ਉਹਨਾਂ 'ਚ ਕੀ ਮਜਾ ਲਿਆ ਕਿ ਉਹ ਰੋਕ ਸਕਣ ਨਹੀਂ ਉੱਥੇ ਜਾਂਦਿਆਂ ਨੂੰ ਪਾਣੀ ਵਾਲੀਆਂ ਵਿਛਾੜਾਂ ਡਾਂਗਾਂ ਭਰਾਈਆਂ ਜਾਂਦੀਆਂ ਵਾ ਹੋ ਸਕਦਾ ਉਹ ਗੋਲੀ ਵੀ ਚਲਾ ਸਕਦੇ ਆ ਪਿੱਛੇ ਜਦੋਂ ਚੰਡੀਗੜ੍ਹ ਦਾ ਸੀਗਾ ਮਸਲਾ ਉਦੋਂ ਗੋਲੀ ਵੀ ਚੱਲੀ ਬਗਰਾੜੀ ਕਾਂਡ ਵਿੱਚ ਗੋਲੀ ਵੀ ਚੱਲੀ ਉੱਥੇ ਗੋਲੀ ਚਲਾ ਕੇ ਸਾਡੇ ਨੌਜਵਾਨਾਂ ਨੂੰ ਸਾਡੇ ਬੱਚਿਆਂ ਨੂੰ ਮਾਰ ਵੀ ਸਕਦੇ ਆ ਅਤੇ ਇਹ ਫਿਰ ਆਪਾਂ ਇਸ ਤੋਂ ਅੱਗੇ ਕੀ ਕਰ ਸਕਦੇ ਫਿਰ ਉੱਦਾਂ ਵੀ ਮਰੇ ਹੀ ਆ ਆਪਾਂ ਜੇ ਇੱਦਾਂ ਫਾਹੇ ਲੈ ਮਰਦੇ ਹਾਂ ਕਿ ਕਿਉਂ ਨਾ ਆਪਾਂ ਆਪਣੇ ਪੰਜਾਬ ਲਈ ਮਰੀਏ ਆਪਣੇ ਹੁਣ ਆਪਾਂ ਨੂੰ ਅੱਗੇ ਹੋਣਾ ਪੈਣਾ ਬਜ਼ੁਰਗ ਤਾਂ ਆਪਣੇ ਆਪਣੀ ਕੱਢ ਗਏ ਆ ਹੁਣ ਨੌਜਵਾਨ ਆ ਨੌਜਵਾਨ ਜੇ ਹਲੇ ਵੀ ਨਾ ਉੱਠੇ ਤੇ ਵੇ ਗਾਂ ਦੀ ਗਾਂ ਹਲੇ ਹੋਰ ਵੀ ਪਤਾ ਨੀ ਕੀ ਕੁਛ ਕਰਨਗੇ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਜਿਵੇਂ 84 ਵਰਗੇ ਜਿਹੜੇ ਕਾਂਡ ਵਾਪਰੇ ਸੀ ਖਾੜਕੂਵਾਦ ਲਹਿਰ ਜਿਹੜੀ ਪੈਦਾ ਹੋਈ ਸੀ ਨੌਜਵਾਨਾਂ ਦੇ ਵਿੱਚ ਉਦੋਂ ਵੀ ਇਹੀ ਜਦੋਂ ਨਿਰੰਕਾਰੀਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਸੀ ਤੇ ਖਾੜਕੂਵਾਦ ਲਹਿਰ ਸ਼ੁਰੂ ਹੋਈ ਸੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਜਵਾਨੀ ਦੇ ਵਿੱਚ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਦੇਖੋ ਹਲੇ ਤੱਕ ਸਿੰਘਾਂ ਨੇ ਇਸ ਤਰ੍ਹਾਂ ਦੀ ਰਖਵਾਲੀ ਕੀਤੀ ਆ ਹਰੇਕ ਪਾਸੇ ਸਿੰਘ ਬਾਰਡਰ 'ਤੇ ਵੀ ਸਿੰਘ ਹੀ ਲੜ ਰਹੇ ਆ ਆਪਣੀ ਜਿਹੜੇ ਆਪਣਾ ਪੰਜਾਬ ਜਿਹੜੇ ਆਪਣੀ ਇਮਿਊਨਿਟੀ ਆ ਬਹੁਤ ਸਟਰੋਂਗ ਆ ਆਪਣੀਆਂ ਪੀੜ੍ਹੀਆਂ ਪੀੜ੍ਹੀਆਂ ਦਾ ਆਪਾਂ ਨੂੰ ਪਤਾ ਵੀ ਆਪਾਂ ਜੇ ਆਪਣੀ ਆਈ 'ਤੇ ਆ ਜਾਈਏ ਆਪਾਂ ਤਖ਼ਤ ਹੀ ਪਲਟ ਸਕਦੇ ਹਾਂ ਇਹ ਸਰਕਾਰ ਨੂੰ ਮੈਸੇਜ ਆ ਜੇ ਬਚਾਅ ਹੁੰਦਾ ਤੇ ਕਰ ਲਓ ਨਹੀਂ ਤਾਂ ਸਾਨੂੰ ਤਖ਼ਤ 'ਤੇ ਪਲਟਣ ਦੀ ਲੋੜ ਪਊਗੀ ਤੇ ਪਲਟਾਂਗੇ ਵੀ ਕਾਬਲ ਕੰਧਾਰ ਤੱਕ ਖਾਲਸੇ ਨੇ ਰਾਜ ਕੀਤਾ ਵਾ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਜਿਹੜੇ
ਸਾਡੇ ਗੁਰੂ ਧਾਮਾਂ ਤੇ ਵਾਰ ਕਰਨ ਵਾਲੇ ਸਾਡੇ ਗੁਰੂ ਧਰ ਘਰ ਢਾਉਣ ਵਾਲੀਆਂ ਜਿਹੜੀਆਂ ਸਰਕਾਰਾਂ ਸੀ ਇਸ ਖਾਲਸਾ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਤੇ ਹਿੰਦੂਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਵੀ ਕੀਤੀ ਹੈ ਖਾਲਸਾ ਨੇ। ਹੁਣ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਸਾਡਾ ਆਖਾ ਅਜੇ ਤੱਕ ਨਹੀਂ ਪ੍ਰਵਾਨ ਕਰ ਲਏ, ਸਾਨੂੰ ਥੱਲੇ ਲਾਉਣਾ ਚਾਹੁੰਦੇ ਨੇ, ਨੀਵਾਂ ਵਿਖਾਉਣਾ ਚਾਹੁੰਦੇ ਨੇ, ਆਪਾਂ ਨੌਜਵਾਨ ਪੀੜ੍ਹੀ ਕੀ ਮੈਸੇਜ ਦੇਣਾ ਚਾਹੁੰਦੀ ਹੈ? ਦੇਖੋ ਜੀ, ਨੌਜਵਾਨ ਪੀੜ੍ਹੀ ਇਹੀ ਆਪਾਂ ਨੂੰ ਇੱਕ ਗੁਰੂ ਤੋਂ ਬਿਨਾਂ ਕੋਈ ਥੱਲੇ ਨਹੀਂ ਲਾ ਸਕਦਾ। ਗੁਰੂ ਮਹਾਰਾਜ ਦੇ ਆਪਾਂ ਚਰਨੀ ਪੈਰਾਂ ਦੇ ਹੱਥੀ ਆਪਾਂ ਰਹਿੰਦੇ ਹਾਂ, ਠੀਕ ਨੀ? ਇਹ ਜੋ ਮਰਜ਼ੀ ਕਰਨ, ਸਰਕਾਰਾਂ ਜੋ ਮਰਜ਼ੀ ਜੋ ਲੈਣ, ਆਪਾਂ ਨੂੰ ਥੱਲੇ ਨਹੀਂ ਲਾ ਸਕਦੀਆਂ। ਆਪਣੀ ਇਮਿਊਨਿਟੀ ਇੰਨੀ ਕੁ ਸਟਰੋਂਗ ਹੈਗੀ ਆ, ਆਪਾਂ ਤਾਕਤ ਵੀ ਪਲਟ ਸਕਦੇ, ਉਹ ਪਲਟਾਂਗੇ ਵੀ। ਗੱਲਾਂ ਕਰਕੇ ਨਹੀਂ ਅਸੀਂ ਕਹਿੰਦੇ, ਅਸੀਂ ਕੱਲ ਵੀ ਜਾਣ ਦੇ ਯਤਨ ਕੀਤਾ, ਰਾਹ ਜੀ ਇੱਕ ਬੰਨਿਆ, ਰਾਹ ਬਹੁਤ ਖੁੱਲੇ ਆ। ਜਦੋਂ ਪੰਜਾਬ ਨੇ ਏਕਾ ਕਰਕੇ ਉਹਨਾਂ ਨੂੰ ਪੈ ਉਹਨਾਂ ਦੀ ਕੋਠੀਆਂ ਕੀ ਸਾਰਾ ਕੁਝ ਤਬਾਹ ਕਰਕੇ ਆਵਾਂਗੇ। ਜਿੱਦਣ ਆਪਣੀ ਆਈ ਤੇ ਆ ਗਿਆ, ਹਲੇ ਤਾਂ ਸਿਰਫ ਆਪਾਂ ਦੇਖ ਰਹੇ ਹਾਂ ਵੀ ਉਹ ਸੁਣ ਲੈਣ ਜਦੋਂ ਕਿਤੇ ਪਤਾ ਲੱਗ ਗਿਆ ਸਾਡੀ ਮੌਤ ਤੈਅ ਆ, ਫਿਰ ਮਰਨਾ ਤਾਂ ਹੈਗਾ ਹੀ ਆ, ਫਿਰ ਇੱਕ ਦੋ ਲੈ ਕੇ 100% ਹੀ ਮਰਾਂਗੇ ਤੇ ਕਰਾਂਗੇ ਵੀ ਕੁਛ। ਇੱਦਾਂ ਦੀ ਗੱਲ ਨਹੀਂ ਵੀ ਗੱਲਾਂ ਨਹੀਂ ਕਰਨ ਵਾਲੇ ਹੈਗੇ, ਸਾਰੇ ਨੌਜਵਾਨ ਸਾਰਾ ਸਾਡੇ ਨਾਲ ਆ। ਕੱਲ ਤੁਸੀਂ ਆਪਣੇ ਤਾਂ ਫਲੋਰ 'ਚ ਇਕੱਠ ਦੇਖਿਓ ਆ ਕੇ ਘੱਟੋ ਘੱਟ 300-400 ਮੁੰਡਾ ਜਿਹੜਾ ਆਪਣੇ ਘਰੋਂ ਤੰਗ ਹੋ ਕੇ ਸਾਨੂੰ ਆਪ ਮੈਸੇਜ ਕਰਦੇ ਸਾਰੇ, ਭਾਜੀ ਆਪਾਂ ਕੁਛ ਕਰਨਾ, ਵਧੀਆ ਕਰਨਾ, ਕੱਲ ਨੂੰ ਇੱਥੇ ਸਾਰਾ ਕੋਈ ਇੱਕ ਕੀੜੀ ਤੱਕ ਨਹੀਂ ਰੋਡ ਤੋਂ ਲੰਘਣ ਦੇਵਾਂਗੇ। ਕੱਲ ਨੂੰ ਇਹ ਉਪਰਾਲਾ ਸਾਡਾ ਪੂਰਾ ਸਫਲ ਹੋ ਗਿਆ ਤੇ ਗਾਂਝ ਸਾਡੀ ਨਾ ਸੁਣਵਾਈ ਹੋਈ ਤੇ ਦਿੱਲੀ ਤੱਕ ਜ਼ਰੂਰ ਪਹੁੰਚਾਂਗੇ। ਇੱਦਾਂ ਦੀ ਗੱਲ, ਪੰਜਾਬ ਪੁਲਿਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ? ਪੰਜਾਬ ਪੁਲਿਸ ਜਿਹੜੀ ਹੈ, ਸਾਡੀ ਭੈਣ ਭਰਾ ਸਾਡੇ ਪਰਿਵਾਰਾਂ ਵਿੱਚੋਂ ਹੀ ਇਹ ਭਰਤੀ ਹੋਏ ਨੇ, ਸਾਡੀ ਮੈਂਬਰ ਆ, ਪਰ ਇਹ ਗੱਲ ਨੂੰ ਸਮਝਦੇ ਨੇ ਵੀ ਜਿਹੜੀ ਸੈਂਟਰ ਸਰਕਾਰ ਆ ਇਹ ਸਾਡੇ ਤੇ, ਸਾਡੇ ਭਰਾਵਾਂ ਨੂੰ, ਸਾਡੇ ਕਿਸਾਨ ਵੀਰਾਂ ਨੂੰ, ਸਾਡੇ ਬਜ਼ੁਰਗਾਂ ਨੂੰ ਦਬਾਉਣਾ ਚਾਹੁੰਦੀ ਹੈ। ਤੁਸੀਂ ਪੰਜਾਬ ਸਰਕਾਰ, ਪੰਜਾਬ ਪੁਲਿਸ ਬਾਰੇ ਕੀ ਕਹਿਣਾ ਚਾਹੁੰਦੇ? ਪੰਜਾਬ ਪੁਲਿਸ ਬਾਰੇ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਜੀ, ਇਹਨਾਂ ਨੂੰ ਵੀ ਚਾਹੀਦਾ ਸਾਡਾ ਸਾਥ ਦੇਣਾ। ਆਪਣੇ ਜੇ ਪੰਜਾਬ ਪੁਲਿਸ ਨੂੰ ਵੀ ਤਨਖਾਹ ਮਿਲ ਜਾਓ, ਸੈਂਟਰ ਤੋਂ ਤਾਂ ਆਉਂਦੀਆਂ, ਪਰ ਰੋਟੀ ਤਾਂ ਪੰਜਾਬ ਦੀ ਖਾਂਦੇ ਨਾ। ਜੇ ਪੰਜਾਬ ਦੇ ਵਿੱਚ ਫਸਲਾਂ ਨਹੀਂ, ਮਤਲਬ ਆਪਾਂ ਖੇਤੀ ਨਹੀਂ ਕਰਾਂਗੇ, ਖੇਤੀ ਬੰਦ ਹੋ ਜਾਊਗੀ, ਪਰ ਪੰਜਾਬ ਦੇ ਵਿੱਚ ਪੈਸਾ ਕਿੱਥੋਂ ਆਊਗਾ? ਪਰ ਜਿਹੜੀ ਪੈਸੇ ਦੀ ਸ਼ੁਰੂਆਤ ਹੁੰਦੀ ਪੰਜਾਬ ਦੇ ਵਿੱਚ ਉਹ ਖੇਤੀ ਤੋਂ ਹੁੰਦੀ, ਖੇਤੀ ਤੋਂ ਬਾਅਦ ਪਿੰਡਾਂ ਦੇ ਵਿੱਚ ਪੈਸਾ ਆਉਂਦਾ, ਪਿੰਡਾਂ ਤੋਂ ਬਾਅਦ ਫਿਰ ਸ਼ਹਿਰਾਂ 'ਚ ਆਉਂਦਾ। ਇਹ ਇਕੱਲੇ ਕਿਸਾਨਾਂ ਦੀ ਗੱਲ ਨਹੀਂ ਹੈਗੀ, ਇਹ ਪੂਰੇ ਪੰਜਾਬ ਦੀ ਗੱਲ ਆ। ਜੇ ਕਿਸਾਨ ਖਤਮ, ਪਿੰਡਾਂ ਦੀਆਂ ਛੋਟੀਆਂ ਦੁਕਾਨਾਂ ਖਤਮ, ਸ਼ਹਿਰਾਂ ਦੀਆਂ ਵੱਡੀਆਂ ਦੁਕਾਨਾਂ ਖਤਮ। ਤੁਸੀਂ ਸਮਝਦੇ ਵੀ ਸਾਡੇ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਵੀ ਸਾਡਾ ਸਹਿਯੋਗ ਦੇਣਾ ਚਾਹੀਦਾ? ਸਰ ਦੇਖੋ, 100% ਵਿੱਚੋਂ ਕਈ ਆਪਣੇ ਮੁਲਾਜ਼ਮ ਹੈਗੇ, 100 ਦੇ ਵਿੱਚੋਂ 50% ਪੂਰਾ ਸਾਥ ਦਿੰਦੇ। ਕੱਲ੍ਹ ਅਸੀਂ ਜਾ ਰਹੇ ਸੀਗੇ ਤੇ ਸਾਡਾ ਉਹਨੇ ਸਾਥ ਦਿੱਤਾ, ਪੂਰੀ ਗੱਲ ਸੁਣੀ, ਕੋਈ ਇੱਦਾਂ ਦਾ ਧੱਕਾ ਨਹੀਂ ਕੀਤਾ। ਪੰਜਾਬ ਪੁਲਿਸ ਆਪਣੇ ਨਾਲ ਆ, ਜਦੋਂ ਤੋਂ 84 ਦੇ ਵਿੱਚ ਤੁਹਾਨੂੰ ਪਤਾ ਆਪਣੇ ਟੈਗ ਕਰਨ ਗਏ ਸੀਗੇ, ਉਦੋਂ ਅੰਦਰੋਂ ਆਪਣੇ ਮਿਲਟਰੀ ਦੇ ਅਫਸਰ ਅੰਦਰੋਂ ਆਪਣੇ ਵੱਲੋਂ ਜਾ ਕੇ ਲੜੇ ਸੀਗੇ। ਵਿੱਚੋਂ ਕਈ ਅਫਸਰ ਸਹੀ ਵੀ ਆ, ਵਧੀਆ ਵੀ ਆ, ਉਹ ਆਪਣੇ ਖੜੂਗੇ ਵੀ, ਲੜੂਗੇ ਵੀ, ਹੱਲੇ ਉਹ ਚੀਜ਼ ਦੀ ਆਪਣੀ ਲੋੜ ਨਹੀਂ ਪਈ। ਜੇ ਉਹ ਚੀਜ਼ ਦੀ ਆਪਣੀ ਲੋੜ ਪਈ, ਫਿਰ ਆਪਾਂ ਨੂੰ ਪਤਾ ਲੱਗੂ ਪੰਜਾਬ ਪੁਲਿਸ ਕਿੱਧਰ ਖੜਦੀ ਆ, ਜਿਹੜੇ ਮੁੰਡੇ ਆ ਉਹ ਕਿੱਧਰ ਖੜਦੇ ਆ, ਕੌਣ ਕਿੱਧਰ, ਜਿਹੜਾ ਵੀ ਆਪਣੇ ਵਿਰੁੱਧ ਜਾਊਗਾ ਉਹ ਆਪਣਾ ਭਾਈ ਨਹੀਂ ਹੋਊਗਾ। ਅੱਬਲ ਤਾਂ ਸਾਰਿਆਂ ਦਾ ਇੱਕ ਆ, ਪੰਜਾਬ ਪੁਲਿਸ ਆਪਣੇ ਸਾਰੇ ਨਾਲ ਹੀ ਆ, ਬਾਕੀ ਹੁਣ ਤੁਸੀਂ ਦੇਖੋ ਗਾਂਗਾ ਇੱਥੇ ਹੁੰਦਾ ਕੀ ਆ। ਕੱਲ੍ਹ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕੱਲ੍ਹ ਵਾਸਤੇ ਆਪਣਾ ਇਹੀ ਮੈਸੇਜ ਹੈ ਜੀ, ਸਾਰੇ ਆਪਣੇ ਨੌਜਵਾਨ ਸਭਾ ਨੂੰ ਬੇਨਤੀ ਹੈ ਕਿ ਆਪਾਂ ਨੂੰ ਜੋ ਇਹ ਨਸ਼ੇ ਦੇ ਵਿੱਚ ਇੱਕ ਕਹਿੰਦੇ ਵੀ ਆਪਾਂ ਵੀ ਜਵਾਨੀ ਡੈੱਡ ਹੋ ਚੁੱਕੀ ਆ, ਪਰ ਆਪਾਂ ਉਹ ਚੀਜ਼ ਨਹੀਂ, ਆਪਾਂ ਕੱਲ ਨੂੰ ਸਾਰਿਆਂ ਨੇ ਹਮਾ ਕੇ ਪਹੁੰਚਣਾ ਆ। ਆਪਾਂ ਆਪਣਾ ਦਿਖਾਉਣਾ, ਨੌਜਵਾਨ ਇਕੱਠ ਦਿਖਾਉਣਾ ਕੱਲ ਨੂੰ ਵੀ ਅਸੀਂ ਨੌਜਵਾਨ ਜਿੰਦੇ ਹਾਂ। ਇੱਦਾਂ ਦੀ ਗੱਲ ਨਹੀਂ, ਸਾਡੇ ਨਾਲ ਸਾਰੇ ਪਲੇਅਰ ਮੁੰਡੇ ਆ, ਕਈ ਭਲਵਾਨ ਆ ਆਪਣੇ ਨਾਲ, ਸਾਰੇ ਕਬੱਡੀ ਵਾਲੇ ਵਧੀਆ ਮੁੰਡੇ ਆ। ਕੱਲ ਨੂੰ ਸਾਰੇ ਆਪਾਂ ਉੱਥੇ ਇਕੱਠ ਕਰਾਂਗੇ, ਇਹਨਾਂ ਨੂੰ ਦੱਸਾਂਗੇ ਵੀ ਕੋਈ ਨਸ਼ੇ ਦੇ ਵਿੱਚ ਰਹਿਤ ਨਹੀਂ ਹੈ, ਸਾਰੇ ਆਪਣੇ ਸਹੀ ਆ, ਠੀਕ ਹੈ ਨੀ? ਬਾਕੀ ਹੌਲੀ ਹੌਲੀ ਦੇਖੋ ਕੱਲ ਨੂੰ ਕਿੱਦਾਂ ਹੁੰਦਾ, ਸਾਰਾ ਕਰਾਂਗੇ ਰਲ ਮਿਲ। ਤੁਸੀਂ ਦੇਖ ਰਹੇ ਸੀ ਦੀਪ ਦਮ ਟੀਵੀ ਚੈਨਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।